ਬੜਾ ਸਾਈਡ ਤੇ ਅੰਕਲ ਮਾੜਾ ਆਏ ਹੋਏ ਮੈਨੂੰ ਚਾਹੁੰਦਾ ਵੀ ਮੈਂ ਧਰਮਰਾਜ ਨੂੰ ਕਹੂੰਗਾ ਦਿੱਲੀ ਦੇ ਵਿੱਚ ਕਿਸਾਨ ਆਏ ਸੀ ਮੈਂ ਝੂਠੇ ਲਾਰੇ ਲਾ ਕੇ ਮੋੜਦੇ ਆ, ਦੂਜੀ ਵਾਰੀ ਮੈਂ ਤਸ਼ੱਦਦ ਕੀਤਾ, ਪਰ ਇਹ ਕੌਮ ਉਹ ਆ ਜਿਹੜੇ ਚੜਖੜੀਆਂ ਦੇ ਵਿੱਚ ਚੜ ਗਏ ਅਤੇ ਅਹਿਮਦ ਸ਼ਾਹ ਅਬਦਾਲੀ ਤੋਂ ਨਹੀਂ ਡਰੀਆਂ ਕੌਮਾਂ ਪੰਜਾਬੀ ਲੋਕ ਡਰੇ ਨਹੀਂ ਗਏ। ਇਹ ਮੋਦੀ ਇਹ ਤਾਂ ਨਹੀਂ ਡਰਾ ਸਕਦਾ, ਵਿਤਕਰੇ ਕਰ ਦੂੰਗਾ, ਨੁਕਸਾਨ ਕਰ ਦੂੰਗਾ, ਪਰ ਪੰਜਾਬੀ ਦਬਣ ਵਾਲੇ ਨਹੀਂ ਗਏ। ਪੰਜਾਬੀ ਭੇਜੇ ਚੜ੍ਹਦੀ ਕਲਾ 'ਚ ਰਹਿ ਰਹੇ, ਚੜ੍ਹਦੀ ਕਲਾ 'ਚ ਰਹਿਣਗੇ, ਮੋਦੀ ਦੀ ਪਿੱਠ ਲਾ ਕੇ ਮੁੜਾਂਗੇ ਜਿੰਨਾ ਚਿਰ ਮੋਦੀ ਮਰਜ਼ੀ ਲੜਾਈ ਲੜ ਲਵੇ। 14 ਤਰੀਕ ਦਾ ਜਿਹੜਾ 14 ਮਾਰਚ ਦਾ ਦਿੱਲੀ ਦੇ ਵਿੱਚ ਇਕੱਠ ਆਊਗਾ, ਉਹ ਇਤਿਹਾਸਕ ਇਕੱਠ ਆਊਗਾ, ਉਹ ਮੋਦੀ ਦੀਆਂ ਜੜ੍ਹਾਂ ਹਿਲਾ ਦੇਊਗਾ। ਇਹ ਉਹ ਲੋਕ ਨੇ ਮੋਹਰੇ 4 ਕਿਸਾਨ ਖੜ੍ਹੇ ਆ ਅਤੇ ਮੋਦੀ ਫਿਰੋਜ਼ਪੁਰ ਨੂੰ ਜਾਂਦਾ ਰਾਹ 'ਚੋਂ ਮੁੜ ਜਾਵੇ ਕਦੋਂ ਮੈਂ ਬਚ ਕੇ ਮੁੜਿਆ ਆ। ਇਹ ਲੋਕ ਤਾਂ ਆਪਣੇ 750 ਤੋਂ ਕਿਸਾਨ ਸ਼ਹੀਦ ਕਰਾ ਕੇ ਉਸ ਮੋਰਚੇ ਦੇ ਵਿੱਚ 750 ਕਿਸਾਨਾਂ ਨੇ ਸ਼ਹੀਦ ਪਾ ਕੇ ਉਹ ਮੋਰਚੇ ਨੂੰ ਸਿੱਧ ਕੇ ਅਤੇ ਮੁੜ ਕੇ ਦੁਬਾਰਾ ਜਿੱਤ ਕੇ ਮੁੜਨ ਵਾਲੇ ਲੋਕ ਆ। ਇਹ ਲੋਕਾਂ ਦਾ ਪੰਜਾਬ ਦਾ ਜਦੋਂ ਦੇਸ਼ ਦਾ ਭੁੱਖਮਰੀ ਪੈ ਗਈ ਸੀ ਅਤੇ ਉਦੋਂ ਢਿੱਡ ਭਰਿਆ ਇਹਨਾਂ ਨੇ, ਜਦੋਂ ਇੱਥੇ ਪੈਸੇ ਦੀ ਲੋੜ ਪਈ ਦੇਸ਼ ਨੂੰ, ਇਹਨਾਂ ਨੇ ਪੰਜਾਬੀਆਂ ਨੇ ਪੈਸੇ ਦੀ ਕੋਈ ਕਮੀ ਨਹੀਂ ਛੱਡੀ। ਜੇ ਸੋਨੇ ਦੀ ਲੋੜ ਪਈ ਦੇਸ਼ ਨੂੰ ਤਾਂ 7 ਕੁਇੰਟਲ 80 ਕਿਲੋ ਸੋਨਾ ਪੰਜਾਬੀਆਂ ਨੇ ਦਿੱਤਾ ਅਤੇ ਸਾਰੇ ਦੇਸ਼ ਵਿੱਚੋਂ 18 ਕਿਲੋ ਇਕੱਠਾ ਹੋਇਆ। ਇਹਨਾਂ ਨੂੰ ਕਿੱਥੋਂ ਦਬਾਲੂਗਾ ਮੋਦੀ? ਇਹ ਮੋਦੀ ਦੇ ਮਨ 'ਚ ਭੁਲੇਖਾ ਆ, ਮੋਦੀ ਨੂੰ ਸੁਧਰ ਜਾਣਾ ਚਾਹੀਦਾ। ਮੋਦੀ ਨੂੰ ਆਪਣੇ ਮਨ ਦਾ ਭੁਲੇਖਾ ਕਰਕੇ, ਇਹਨਾਂ ਲੋਕਾਂ ਨਾਲ ਪਿਆਰ ਕਰਕੇ, ਇਹਨਾਂ ਨੂੰ ਕਲਾ ਵਿੱਚ ਲੈ ਕੇ, ਇਹਨਾਂ ਦੀਆਂ ਹੱਕੀ ਮੰਗਾਂ ਮੰਨ ਕੇ, ਇਹਨਾਂ ਨੂੰ ਜੋ ਇਹਨਾਂ ਦਾ ਬਣਦਾ ਹੱਕ ਦੇਣਾ ਚਾਹੀਦਾ। ਪਿਆਰ ਦੇ ਨਾਲ ਤੋਂ ਕੁਛ ਵੀ ਕਰਾ ਲਵੇ, ਜੇ ਕਹੇ ਧੱਕੇ ਨਾਲ ਦਬਾ ਕੇ ਫੇਰ ਨਹੀਂ ਪੰਜਾਬੀ ਦਬਣ। ਬਿਲਕੁਲ, ਤਸਵੀਰਾਂ ਵੀ ਨਾਲ
ਇਦਾਂ ਦੀ ਕਰਿਆ ਮੈਂ ਇੱਕ ਮਿੰਟ ਆਇਆ ਆਇਆ ਮੈਂ ਇੱਕ ਮਿੰਟ ਉਹ ਉੱਥੇ ਤੱਕ ਪਹੁੰਚ ਗਿਆ ਆ ਹਾਂਜੀ ਕਿੱਦਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਰਦਾ ਫੋਟੋ ਤੁਹਾਨੂੰ ਕੀ ਲੱਗਦਾ ਕਿ ਇਸ ਤਰੀਕੇ ਨਾਲ ਟਰੈਕਟਰ ਸੜਕਾਂ ਤੇ ਖੜੇ ਕਰਨੇ ਔਰ ਮਰਦਾਬਾਦ 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 ਮਰਦਾਬਾਦ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਸਾਡਾ SKM ਦਾ ਪ੍ਰੋਗਰਾਮ ਸੀਗਾ ਕਿ ਜੋ ਦਿੱਲੀ ਦਾ ਹਾਈਵੇ ਆ ਉਹਦੇ 'ਤੇ ਰੋਡ ਪ੍ਰਦਰਸ਼ਨ ਕਰਨਾ, ਔਰ ਕਿਸੇ ਵੀ ਸੜਕ ਵਾਲੇ ਨੂੰ ਆਉਣ ਜਾਣ ਵਾਲੇ ਰਾਹੀ ਨੂੰ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ। ਸੋ ਅਸੀਂ ਆਪਣੇ ਸਾਈਡ 'ਤੇ ਟਰੈਕਟਰ ਲਗਾ ਕੇ ਅੱਜ ਜਲੰਧਰ DAP ਵਿਖੇ ਪ੍ਰਦਰਸ਼ਨ ਕਰ ਰਹੇ ਹਾਂ। ਜੋ ਮਾੜੀਆਂ ਸਰਕਾਰਾਂ ਸਾਡੇ ਨਾਲ ਧੱਕਾ ਕਰ ਰਹੀਆਂ, ਕਿਸਾਨਾਂ ਨਾਲ, ਮਜ਼ਦੂਰਾਂ ਦੇ ਨਾਲ, ਜੋ ਅਸੀਂ 1.5 ਸਾਲ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਆਪਣੇ ਹੱਕ ਮੰਗਵਾ ਕੇ ਆਏ ਸੀਗੇ, 3 ਕਾਨੂੰਨ ਰੱਦ ਕਰਵਾ ਕੇ ਆਏ ਸੀ, ਉਹ ਲਾਗੂ ਨਾ ਕੀਤੇ ਮੋਦੀ ਸਰਕਾਰ ਨੇ, ਔਰ ਉਲਟਾ ਜਦੋਂ ਹੁਣ ਫਿਰ ਦੁਬਾਰਾ ਪ੍ਰੋਟੈਸਟ ਸ਼ੁਰੂ ਕੀਤਾ, ਬਦਨਾਮ ਇਹ ਕਿਸਾਨਾਂ ਨੂੰ ਕਰ ਰਹੇ ਆ ਕਿ ਇਹਨਾਂ ਨੇ ਰੋਡ ਬੰਦ ਕਰ ਦਿੱਤਾ। ਬਟ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨ ਤੋਂ ਪਹਿਲਾਂ ਇੱਕ ਹਫ਼ਤਾ ਖੱਟੜ ਸਰਕਾਰ ਨੇ ਜੋ ਅੰਬਾਲੇ ਰਾਜਪੁਰੇ ਸੈਂਟਰ 'ਚ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਕੀਤੀ ਆ, ਇੰਨੀ ਮੈਨੂੰ ਲੱਗਦਾ ਸੁਰੱਖਿਆ ਤਾਂ ਕਿਸੇ ਬਾਰਡਰ 'ਤੇ ਵੀ ਨਹੀਂ ਹੁੰਦੀ। ਜੇ ਆਪਾਂ ਕਹੀਏ ਪਾਕਿਸਤਾਨ ਜਾਂ ਕੋਈ ਚਾਈਨਾ ਬਾਰਡਰ ਆ, ਜੇ ਇੰਨੀ ਸੁਰੱਖਿਆ ਉੱਥੇ ਵਧਾ ਲੈਣ ਤਾਂ ਸ਼ਾਇਦ ਕੋਈ ਸਾਡੇ ਇੰਡੀਅਨ ਬੰਦੇ ਦਾ ਜਾਂ ਆਰਮੀ ਦਾ ਕਿਸੇ ਦਾ ਨੁਕਸਾਨ ਨਾ ਹੋ। ਪਰ ਸਾਨੂੰ ਪਤਾ ਨਹੀਂ ਕਿਉਂ ਦੇਸ਼ ਦਾ ਵੱਖ ਹਿੱਸਾ ਮੰਨਿਆ ਜਾਂਦਾ, ਕਦੀ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਕਿਹਾ ਜਾਂਦਾ। ਇੱਕ ਦੇਸ਼ ਦੇ ਪਹਿਲਾਂ ਤਾਂ ਵੱਖੋ ਵੱਖਰੇ ਕਾਨੂੰਨ ਆ ਗਏ। ਭਾਰਤ ਦੇਸ਼ ਨੂੰ, ਇੰਡੀਆ ਨੂੰ ਜੇ ਤਾਂ ਕੋਈ ਹਿੰਦੁਸਤਾਨ ਕਹਿੰਦਾ ਉਹ ਬਹੁਤ ਤਕੜਾ ਦੇਸ਼ ਭਗਤ ਆ, ਜੇ ਕੋਈ ਖਾਲਿਸਤਾਨ ਕਹਿ ਦਿੰਦਾ ਤਾਂ ਉਹ ਅੱਤਵਾਦੀ ਆ। ਇਹ ਨਹੀਂ ਸਮਝ ਆਉਂਦੀ ਕਿ ਦੇਸ਼ ਤਾਂ ਭਾਰਤ ਆ, ਇੰਡੀਆ ਆ, ਜੇ ਇਹਨੂੰ ਖਾਲਿਸਤਾਨ ਕਹਿਣ ਵਾਲਾ ਅੱਤਵਾਦੀ ਆ ਤਾਂ ਹਿੰਦੁਸਤਾਨ ਕਹਿਣ ਵਾਲਾ ਵੱਖਵਾਦੀ ਕਿਉਂ ਆ? ਜੇ ਸਾਨੂੰ ਇਹ ਆਪਣੇ ਦੇਸ਼ ਦਾ ਹਿੱਸਾ ਮੰਨਦੇ ਹੀ ਨਹੀਂ, ਜੋ ਬੈਰੀਕੇਡਿੰਗ ਕੀਤੀ ਆ ਉਹ ਵੱਖਰੀ ਕੀਤੀ ਆ, ਕੀਤੀ ਰਹਿਣ ਦੇਣ, ਸਾਨੂੰ ਵੱਖ ਕਰ ਦੇਣੇ, ਸਾਨੂੰ ਨਹੀਂ ਰਹਿਣਾ ਇਹਨਾਂ ਦੇ ਨਾਲ। ਦੂਸਰੀ ਗੱਲ, ਜੋ ਸ਼ਿਵਕਰਨ ਸਿੰਘ ਸਾਡਾ ਨੌਜਵਾਨ ਮੁੰਡਾ ਸ਼ਹੀਦ ਹੋਇਆ ਆ, ਉਹਦੇ 'ਤੇ ਅਸੀਂ ਬਹੁਤ ਠੋਕ ਕੇ ਪਹਿਰਾ ਦੇਵਾਂਗੇ। ਜਿੰਨਾ ਚਿਰ ਹਰਿਆਣਾ ਪੁਲਿਸ ਦੇ ਉੱਤੇ ਇਹ FIR ਦਰਜ ਨਹੀਂ ਕਰਦੇ, ਉਨਾ ਚਿਰ ਸਾਡਾ ਇਹ ਪ੍ਰੋਟੈਸਟ ਜਿਹੜਾ ਉਹ ਜਾਰੀ ਰਹੂਗਾ। ਇੱਕ ਮੁੰਡਾ ਸਾਡਾ ਅੰਮ੍ਰਿਤ ਸਿੰਘ ਆ, ਉਹਨੂੰ ਇਹ ਹਰਿਆਣਾ ਪੁਲਿਸ ਚੱਕ ਕੇ ਲੈ ਕੇ ਪੰਜਾਬ ਦੀ ਹੱਦ 'ਤੇ ਆਣਗੇ। ਇੱਕ ਮਾਨ ਸਰਕਾਰ ਆ ਜਿਹੜੀ ਇਹ ਬਦਲਾਅ ਦਾ ਨਾਂ ਲੈ ਕੇ ਆਈ ਸੀ, ਪਰ ਇਹਦਾ ਬਦਲਾਅ ਪਤਾ ਨਹੀਂ ਕਿੱਥੇ ਚਲਿਆ ਗਿਆ, ਵੀ ਹਰਿਆਣਾ ਪੁਲਿਸ ਪੰਜਾਬ ਦੇ ਵਿੱਚ ਐਂਟਰੀ ਕਰਦੀ ਆ, ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਲੈ ਜਾਂਦੀ ਆ, ਬੋਰੀਆਂ 'ਚ ਪਾ ਪਾ ਕੇ ਕੁੱਟਦੀ ਆ। ਸਾਡਾ ਨੌਜਵਾਨ ਅੰਮ੍ਰਿਤ ਸਿੰਘ ਆ, ਉਹ PGI ਰੋਹਤਕ ਦੇ ਵਿੱਚ ਐਡਮਿਟ ਆ, ਉਹਦਾ ਜਵਾੜਾ 3 ਜਗ੍ਹਾ ਤੋਂ ਟੁੱਟ ਗਿਆ, 3 ਜਗ੍ਹਾ ਤੋਂ ਲੱਤ ਟੁੱਟ ਗਈ ਆ। ਪਤਾ ਨਹੀਂ ਇਹ ਕਿਉਂ ਪੰਜਾਬ ਗੌਰਮੈਂਟ ਵੀ ਜਿਹੜੀ ਆ ਇਹ ਅੱਖਾਂ ਮੀਚ ਕੇ ਵੇਖੀ ਹੋਈ ਆ। ਪਰ ਸਾਡਾ ਇਹ ਪੱਕਾ ਵਾਅਦਾ ਆ ਕਿ ਸਾਰੇ ਕਿਸਾਨ ਇਕੱਠੇ ਹੋਏ ਆ, ਨੌਜਵਾਨ ਇਕੱਠੇ ਹੋਏ ਆ, ਵੀ ਜਿੰਨਾ ਚਿਰ ਇਹ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ, ਉਨਾ ਚਿਰ ਇਹ ਪ੍ਰੋਟੈਸਟ ਜਿਹੜਾ ਇਹ ਜਾਰੀ ਰਹੂਗਾ। ਅਸੀਂ ਆਪਣੇ ਹੱਕ ਲੈ ਕੇ ਰਵਾਂਗੇ। ਮੋਦੀ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਖੱਟੜ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਦਿੱਲੀ ਦੇ ਬਰੂਹਾਂ ਦੇ ਉੱਤੇ ਇਹ ਬੈਰੀਕੇਡਿੰਗ ਕਰਕੇ ਬੈਠੇ ਆ, ਇਹ ਸਾਡੇ ਪੁਰਖਿਆਂ ਨੇ ਦਿੱਲੀ ਲੈ ਕੇ ਦਿੱਤੀ ਆ ਇਹਨਾਂ ਨੂੰ, ਨਾ ਕਿ ਇਹਨਾਂ ਨੇ ਲਈ ਆ। ਸੋ ਸਾਡੀ ਹੱਥ ਜੋੜ ਕੇ ਸਰਕਾਰਾਂ ਨੂੰ ਬੇਨਤੀ ਆ ਕਿ ਅੰਨਦਾਤੇ ਦੀ ਜਿਹੜੀਆਂ ਮੰਗਾਂ ਆ ਇਹਨਾਂ ਨੂੰ ਪੂਰੀਆਂ ਕਰੋ। ਜੋ ਜਦੋਂ ਆਜ਼ਾਦੀ ਮਿਲੀ ਸੀ ਉਦੋਂ ਜੈ ਜਵਾਨ ਔਰ ਜੈ ਕਿਸਾਨ ਦਾ ਨਾਰਾ ਲਾਇਆ ਗਿਆ ਸੀ, ਹੁਣ ਨਾ ਤਾਂ ਕਿਸੇ ਪਾਸੇ ਜਵਾਨ ਦੀ ਜੈ ਦਿਸ ਰਹੀ ਆ ਅਤੇ ਨਾ ਕਿਸਾਨ ਦੀ, ਸਗਾਂ ਤਾਂ ਜਵਾਨਾਂ ਨੂੰ ਵੀ ਯੂਜ ਕੀਤਾ ਜਾ ਰਿਹਾ, ਕਿਸਾਨਾਂ ਨੂੰ ਅਤੇ ਜਵਾਨਾਂ ਨੂੰ ਆਪਸ ਵਿੱਚ ਹੀ ਪੜ੍ਹਾਇਆ ਜਾ ਰਿਹਾ। ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਰਕਾਰ ਆਪਣੀਆਂ ਇਹ ਕੋਟੀਆਂ ਹਰਕਤਾਂ ਤੋਂ ਬਾਜ਼ ਆ ਜਾਏ, ਨਹੀਂ ਤਾਂ ਇਹ ਪ੍ਰੋਟੈਸਟ ਜਿਹੜਾ ਕਿੱਦਾਂ ਵੀ ਲੰਮਾ ਚੱਲ ਸਕਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ
ਲੈ ਲਾਈਓ ਮੋਦੀ ਸਰਕਾਰ।